ਸਤਿ ਸ਼੍ਰੀ ਅਕਾਲ ਜੀ। ਜੇ ਤੁਹਾਨੂੰ 2024 ਦੇ ਪਹਿਲੇ ਵੀਕ ਦੇ ਵਿੱਚ ਟ੍ਰੇਡਿੰਗ ਦੇ ਵਿੱਚ ਘਾਟਾ ਪਿਆ ਅਤੇ ਜਾਂ ਬਹੁਤ ਘੱਟ ਪ੍ਰੋਫਿਟ ਹੋਇਆ ਤਾਂ ਉਹਦਾ ਕੀ ਕਾਰਨ ਆ, ਉਹ ਆਪਾਂ ਇਸ ਵੀਡੀਓ ਦੇ ਵਿੱਚ ਡਿਸਕਸ ਕਰਦੇ ਹਾਂ। ਸੋ ਵੀਡੀਓ ਨੂੰ ਸੇਵ ਵੀ ਕਰ ਲਿਓ ਅਤੇ ਹੋਰਾਂ ਦੇ ਨਾਲ ਸ਼ੇਅਰ ਵੀ ਕਰ ਦਿਓ। ਬਹੁਤ ਵਾਰੀ ਕੀ ਹੁੰਦਾ ਕਿ ਬਹੁਤ ਸਾਰੇ ਟ੍ਰੇਡਰ ਜਿਹੜੇ ਆ ਉਹ ਵਨ ਸਾਈਡਡ ਮਾਇੰਡ ਸੈੱਟ ਦੇ ਨਾਲ ਟ੍ਰੇਡ ਕਰਦੇ ਆ, ਜਾਣੀ ਕਿ ਉਹ ਲੌਂਗ ਸਾਈਡ ਵਾਲੀਆਂ ਹੀ ਟ੍ਰੇਡਾਂ ਜ਼ਿਆਦੀਆਂ ਲੈਂਦੇ ਨੇ। ਆਪਾਂ ਨੂੰ ਪਤਾ ਕਿ ਮਾਰਕੀਟ ਦੇ ਵਿੱਚ ਜਾਂ ਤਾਂ ਆਪਾਂ ਲੌਂਗ ਟ੍ਰੇਡ ਕਰ ਸਕਦੇ ਹਾਂ ਅਤੇ ਜਾਂ ਸ਼ਾਰਟ ਸਾਈਡ 'ਤੇ ਜਦੋਂ ਮਾਰਕੀਟ ਥੱਲੇ ਡਿੱਗਦੀ ਆ। ਸੋ ਉਹਨਾਂ ਦਾ ਮਾਇੰਡ ਸੈੱਟ ਕੀ ਬਣਿਆ ਹੁੰਦਾ ਕਿ ਉੱਪਰ ਨੂੰ ਹੀ ਟ੍ਰੇਡ ਕਰਨਾ। ਅਤੇ ਲਾਸਟ ਵੀਕ ਦੇ ਵਿੱਚ, ਜਨਵਰੀ ਦੇ ਫਸਟ ਵੀਕ ਦੇ ਵਿੱਚ ਜਿੱਦਾਂ ਮਾਰਕੀਟ ਥੱਲੇ ਡਿੱਗਣੀ ਸ਼ੁਰੂ ਹੋਈ ਸੀ ਅਤੇ ਇਸ ਵੀਕ ਦੇ ਵਿੱਚ ਜਦੋਂ ਉਹ ਸ਼ਾਰਟ ਨਹੀਂ ਕਰ ਪਾਉਂਦੇ ਤਾਂ ਉਹਨਾਂ ਨੂੰ ਲੌਸ ਹੋ ਜਾਂਦਾ ਆ। ਸੈਕਿੰਡ ਰੀਜ਼ਨ ਕੀ ਹੁੰਦਾ ਕਿ ਕਈ ਵਾਰੀ ਮਾਰਕੀਟ ਜਦੋਂ ਲੰਮਾ ਸਮਾਂ ਅਪ ਜਾਈ ਜਾਵੇ, ਜੋ ਕਿ ਆਪਾਂ ਦੇਖਿਆ ਦਸੰਬਰ ਦੇ ਵਿੱਚ ਹੋਇਆ, ਤਾਂ ਉਦੋਂ ਟ੍ਰੇਡਰਸ ਬਹੁਤ ਸਾਰਿਆਂ ਦਾ ਮਾਇੰਡ ਸੈੱਟ ਬਣ ਜਾਂਦਾ ਕਿ ਮਾਰਕੀਟ ਨੇ ਉੱਪਰ ਨੂੰ ਹੀ ਜਾਣਾ, ਇਹਨੇ ਥੱਲੇ 'ਤੇ ਡਿੱਗਣਾ ਹੀ ਨਹੀਂ ਆ। ਅਤੇ ਜਦੋਂ ਮਾਰਕੀਟ ਇੱਕਦਮ ਡਾਇਰੈਕਸ਼ਨ ਚੇਂਜ ਕਰਦੀ ਆ, ਉਹ ਡਾਇਰੈਕਸ਼ਨ ਚੇਂਜ ਨੂੰ ਫਿਗਰ ਆਊਟ ਕਰਨ ਦੇ ਵਿੱਚ ਨਾਕਾਮਯਾਬ ਹੋ ਜਾਂਦੇ ਨੇ ਅਤੇ ਜਿਹਦੇ ਕਰਕੇ ਜਦੋਂ ਮਾਰਕੀਟ ਥੱਲੇ ਡਿੱਗਦੀ ਆ ਉਹਨਾਂ ਨੂੰ ਲੌਸ ਹੋ ਜਾਂਦਾ ਆ। ਸੋ ਇਹਨਾਂ ਦੋਵਾਂ ਵਿੱਚੋਂ ਇੱਕ ਕਾਰਨ ਹੁੰਦਾ ਆ। ਇਸੇ ਕਰਕੇ ਜਿਹੜੇ ਮੇਰੇ ਨਾਲ ਟ੍ਰੇਡਰ ਜੁੜੇ ਹੋਏ ਨੇ ਉਹਨਾਂ ਨੂੰ ਮੈਂ ਆਲਵੇਜ਼ ਕਹਿੰਦਾ ਹੁੰਦਾ, ਗੋ ਵਿਦ ਫਲੋ।